الرحيم اللهم لوليك الحجة ابن الحسن صلواتك عليه وعلى آبائه يا ذي الساعات وفي كل ساعات من ساعات الليل والنهار ولي محافظ وقائد مناصر ودليل من انتا تسكنه الزكاة ان رحمته وفي یا رب محمد والے محمد حاضرین مجلس تے صغیرہ کبیرہ گناہ معاف سارے والدین دے گناہ معاف سارے مرحومین دے گناہ معاف بھائی ظہور حسین دے خاندان دے جتنے مرحومین اس دنیا تو ٹر گئے مالک درجات کربلا والے دے سایہ انہاں دی قبراں تے قائم ہوئے اس ذکر دے صدقہ عزاداری دے صدقہ مالک میرے بھائی نو حیات لمحات میں بیٹا تھا جتنے مومن اولاد نرینہ واسطے سکھ لیں اولاد نرینہ عطا فرمائے جتنے مومن مقروض ہیں غیب تو قرض عطا فرمائے جتنے بے روزگار ہیں اچھا روزگار مسافرن دے سفر آسان سارے پردے والے وارث بیمار کربلا دی بیماری دے صدقہ جتنے مومن مریض ہیں شفا کلی یاد لاتا مومن مخصوص بھائی راشد بیمار ہے میرا بھائی عمران کینسر کا مریض ہے مالک شفا کلی یاد لاتا مومن مخصوص اشارہ کر رہے ہیں اولاد نرینہ واسطے رباب دی لٹی جھولی دشن اولاد نرینہ تا واجب سمجھ کے آمین اکسو سارے پردے والے وارث قائم دا جلد اللہم صلی علی محمد و آل محمد نعرہ تکبیر نعرہ رسالت کلیجے دی طاقت نال نجفتیاں دیواراں تک صدا جاوے حیدری حسینیت یزیدیت اہل بیت دے دشمن تلانت بطول دے دشمن تلانت بطول دے بابے دے دشمن تلانت باوازے بلند صلوات پڑھو انشاءاللہ عشرہ محرم الحرام دولت گیٹ حسین آباد امام بارگاہ انشاءاللہ میں یکم تو لے کے بارہ محرم تک میں ڈیوٹی دے سا اور اس سال انشاءاللہ آزان علی اکبر بھی میں دولت گیٹ دے سا ایک سلوات پڑھو میں نوکری شروع کرا ماشاءاللہ لا حول ولا قوۃ الا باللہ العلی العظیم اعوذ باللہ من الشیطان الرجیم بسم اللہ الرحمن الرحیم صلوات الحمد لله الذين ورعوا قلوبنا بمصائب الحسين صلوات مجلس اختتامی مرحلے چے بھائی وسیم آمنائی تا جو حویلی بہادر شاہ مجلس لائیو چل دی پئی ہے وہ دور ہے میرے کو بھائی آکھا میری سال دی محنت ہے شبیہ ذوالجناح برآمد کرا دو گھر دے وچ تمام ہے ملتان والے کو سواری تصور نہ کیتا کرو مظلوم دا جنازہ ہے میں محرم پڑھنا ہی میں اندر اختتام قاضی صاحب کر ویسے جتنے سید یا غیر سید تشریف فرماؤ لیکن ایک قرآن دیا اتن یہ جنازہ تصور کرو جنازے تے زیادہ انتظار او کریں دے جن دی جنازے علیہ تو نپتی نو لائی مجلس دنیا پہ دے دیئے
ਇੱਕ ਇਤਰਾਜ਼ ਹੈ ਸਾਡੇ ਤੇ, ਸਾਨੂੰ ਜ਼ਮਾਨਾ ਕਾਫਿਰ ਸਦੈਂਦਾ ਹੈ, ਕੋਈ ਸਾਕੂ ਰਾਫਸੀ ਸਦੈਂਦਾ ਹੈ, ਕੋਈ ਸਾਕੂ ਬਿੱਤੀ ਸਦੈਂਦਾ ਹੈ, ਆਦਨ ਸ਼ੀਆ ਘੋੜਿਆਂ ਦੇ ਪੁਜਾਰੀ ਹਨ, ਬੜੇ ਬੜੇ ਨਵਾਬਾਂ ਦੇ ਡੇਰਿਆਂ ਤੇ ਘੋੜੇ ਖੜੇ ਨੇ, ਅਸਾਂ ਜਿਨਸ ਦੇ ਪੁਜਾਰੀ ਨਹੀਂ। ਨਿਸਬਤ ਨੂੰ ਸਲਾਮ ਹੈ, ਇਹਤਰਾਮ ਨਿਸਬਤ ਹੈ। ਮੀਨਾ ਵਾਲਿਆਂ ਦੀ ਕੁਰਬਾਨੀ ਗੁਜ਼ਰੀ ਦਾਜ਼ਿਲ ਹਜ, ਮੈਂ ਮਾਇਕ ਤੇ ਗੱਲ ਕਰ ਰਿਹਾ, ਜੈ ਜਾਨਵਰ ਤਸਵਰ ਕੀਤਾ, ਉਸ ਗੋਸ਼ਤ ਖਾਧਾ, ਉਸ ਕੁਰਬਾਨੀ ਨਹੀਂ ਕੀਤੀ, ਜੈ ਇਹਤਰਾਮ ਕੀਤਾ ਨਿਸਬਤ ਨਾਲ, ਉਸ ਤੁਮੇ ਨਾਲ ਜੇ ਨਿਸਬਤ ਦਿੱਤੀ ਹੈ, ਔਰ ਜੇ ਇਹਤਰਾਮ ਕਰਕੇ ਜ਼ਿਬਾ ਕੀਤਾ ਉਹਦੀ ਕਬੂਲ ਹੈ। ਇਸੇ ਤਰੀਕੇ ਜਿਵੇਂ ਅਸਾਂ ਨਿਸਬਤਨ ਇਹਤਰਾਮ ਕਰਦੇ, ਅਗਿਆਰ ਦੁਸ਼ਮਣ ਵੀ ਨਿਸਬਤਨ ਰਾਹ ਰੁਕਦਾ, ਇਤਰਾਜ਼ ਕਰਦਾ, ਕਿਸੇ ਦੀ ਦਿਲ ਅਦਾਰੀ ਨਹੀਂ। ਅਗਰ ਕੋਈ ਮੇਰਾ ਸੁੰਨੀ ਭਾਈ ਮਜਲਸ ਵਿੱਚ ਬੈਠਾ ਤਾਂ ਮੈਂ ਦੱਸਣਾ ਚਾਹੁੰਦਾ ਜੋ ਇਹ ਕਿੱਥੋਂ ਆਏ, ਬਤੂਲ ਦੇ ਵਿਹੜੇ 'ਚ ਕਿਤਨੀ ਇੱਜ਼ਤ ਮਿਲੀ, ਹੁਸੈਨ ਨਾਲ ਵਫਾ ਕਿਤਨੀ ਕੀਤੀ, ਅਕਬਰ ਦੇ ਬਾਬੇ ਇਨਾਮ ਕਿਤਨਾ ਵੱਡਾ ਦਿੱਤਾ। ਵਸਤੇ ਜ਼ਮਾਨੇ ਦੀ ਬਾਤ ਹੈ, ਮੁਲਤਾਨ ਵਾਲਿਓ ਕੋਈ ਕਹੇ ਕੋ ਵਸਤਾ ਦੇਖੇ ਵਕਤ ਅਚਾਨਕ ਉਹਦੇ ਤੇ ਵਕਤ ਆ ਵਣੇ, ਜੇ ਵਸਤਾ ਦਿੱਤਾ ਹੋਵੇ ਨਾ ਉਹਦੀ ਹਾਏ ਵੀ ਨਿਕਲ ਸੀ, ਉਹ ਵਸਤੇ ਬੰਦੇ ਦੇ ਦੁੱਖ ਸ਼ਰੀਕ ਗਮ ਵੀ ਹੋ ਸੀ। ਜਿਹੜਾ ਵਕਤ ਹੈ ਮਜ਼ਦੂਰ ਥੱਕ ਪੈਂਦਾ ਹੈ, ਆਰਾਮ ਦਾ ਵਕਤ ਹੈ, ਮੁਸਾਫਿਰ ਥੱਕ ਪੈਂਦਾ ਆਰਾਮ ਦਾ ਵਕਤ ਹੈ, ਪਰਿੰਦੇ ਥੱਕ ਪੈਂਦੇ ਆਰਾਮ ਦਾ ਵਕਤ ਹੈ। ਇਹ ਮੁਹੰਮਦ ਦੀ ਕਬਰ ਤੇ ਮੇਰਾ ਹੱਥ ਹੈ ਯਾਰ, ਵਸਦੇ ਘਰਾਂ ਨੂੰ ਜੰਦਰੇ ਮਾਰ ਕੇ, ਜਿਹੜੇ ਬੰਦੇ ਧੀਆਂ ਨਾਲ ਲੈ ਕੇ ਇਸ ਵੇਲੇ ਰਾਤ ਦੇ ਛੜੇ ਬਾਜ਼ਾਰ ਚ ਆ ਕੇ ਬਹਿ ਗਏ ਹੋ, ਤੁਹਾਡਾ ਬਹਿਣਾ ਹੀ ਬਹੁਤ ਬੜੀ ਬਾਜ਼ਤ ਹੈ, ਮਾਂ ਪਿਓ ਦੇ ਨਸੀਬੋ। ਲੋਕਾਂ ਨੇ ਇੰਤਜ਼ਾਰ ਹੈ ਮੁਹਰਮ ਦੇ ਚੰਦ ਚੜ੍ਹਨ ਦਾ, ਇਸਤਕਬਾਲ ਹੈ ਮੁਹਰਮ ਦੀ, ਇਹ ਸਾਲਾਨਾ ਮਖਸੂਸੀ ਹੈ ਭਾਈ, ਮਤਲਬ ਮਿਲ ਪਤਾ ਨਹੀਂ ਕਿਤਨੇ ਅਰਸੇ ਤੋਂ ਯਾਸਰ ਭਾਈ ਇਹ ਮਖਸੂਸੀ ਆ ਰਹੀ, ਔਰ ਵੱਲਾ ਹਰ ਕੋਈ ਇਹ ਦਰਵਾਜ਼ੇ ਤੋਂ ਕੁਝ ਨਾ ਕੁਝ ਮੰਗਣ ਆਉਂਦੇ, ਇਹ ਸਫ ਤੇ ਬਹਿ ਕੇ ਹੁਸੈਨ ਕਰੀਮ ਇਤਨੇ ਹਰ ਕੋਈ ਕੁਝ ਨਾ ਕੁਝ ਮੰਗਦਾ। ਮੇਰਾ ਭਾਈ ਹੈ ਇਹ ਵਾਰਿਸ ਮੰਗਦਾ, ਮਾਲਿਕ ਧੀ ਦਿੱਤੀ ਹੈ ਪੁੱਤਰ ਔਲਾਦ ਧੀ ਵੀ ਆਉਂਦੀ ਹੈ, ਲੇਕਿਨ ਥੋੜੀ ਵੀ ਛਾ ਕੇ ਇੱਕ ਦੁਆ ਜ਼ਹੂਰ ਹੁਸੈਨ ਜਿਵੇਂ ਲਾਈਏ ਭਾਈ ਜਾਨ, ਅਗਰ ਮੈਂ ਕੋ ਬਾਦਸ਼ਾਹ ਹੁਸੈਨ ਮੇਰੀ ਮੁਕੱਦਰ 'ਚ ਕੋਈ ਨਹੀਂ ਲਿਖਿਆ ਹੋਇਆ ਤਾਂ ਹੁਸੈਨ ਰਾਹਿਬ ਦੇ ਸੱਤ ਲਿਖਵਾਇਆ, ਮੈਂ ਕੋ ਪੁੱਤਰ ਨਹੀਂ ਦੇਂਦੇ ਤਾਂ ਮੇਰੀ ਧੀ ਕੋ ਇੱਕ ਭਿਰਾ ਜ਼ਰੂਰ ਦੇਵੇ, ਜਿਹੜਾ ਔਰ ਫਕਤ ਉਹਨਾਂ ਥੋੜ੍ਹੀ ਵਾਸਤੇ ਇਹ ਸਿਲਸਿਲਾ ਜਾ ਰਿਹਾ। ਉਹ ਬਾਬੇ ਸਾਹਿਬਾਨ ਦੀਆਂ ਮਾਲਿਕ ਜ਼ਿੰਦਗੀਆਂ ਕਰੇ, ਆਜ਼ਾਦਾਰੀ ਦੇ ਸਿਲਸਿਲੇ ਗਏ ਗੁਜ਼ਰੇ ਦੌਰ 'ਚ ਇਹਨਾਂ ਦਾ ਅਜੇ ਤੱਕ ਇਤਫਾਕ ਕਾਇਮ ਹੈ। ਜਿਹੜੀਆਂ ਝੋਲੀਆਂ ਸਿੱਖਦੀਆਂ ਮਾਲਿਕ ਔਲਾਦ ਦੇਵੇ, ਮੇਰੇ ਭਾਈ ਕੋ ਮਾਲਿਕ ਮਾਤਮੀ ਦੇਵੇ। ਵਸਤਾ ਜ਼ਮਾਨਾ ਮੁਹੰਮਦ ਮੁਸਤਫਾ ਦਾ ਦੌਰ, ਫਰਮਾਇਆ ਨੇ ਯਾ ਅਲੀ ਯਮਨ ਦਾ ਇੱਕ ਖਿੱਤਾ ਹੈ ਜਿਹਦਾ ਨਾਮ ਖਿੱਤਾ ਕਰਨਾਤਾ ਹੈ, ਉੱਥੋਂ ਦਾ ਇੱਕ ਬਾਦਸ਼ਾਹ ਹੈ ਜਿਹਦਾ ਨਾਮ ਸ਼ਾਹ ਫਜ਼ਲ ਹੈ, ਵੰਨੋ ਵੰਨ ਕੇ ਤਬਲੀਗ ਕਰੋ, ਮੌਲਾ ਆਏ ਤਬਲੀਗ ਕੀਤੀ, ਸ਼ਾਹ ਫਜ਼ਲ ਮੁਸਲਮਾਨ ਹੋਇਆ, ਇਸ ਬਈਅਤ ਕੀਤੀ ਅਮੀਰ ਕਾਇਨਾਤ ਦੇ ਹੱਕ ਤੇ, ਬਾਦਸ਼ਾਹ ਦੀ ਬਈਅਤ ਰਿਆਇਆ ਦੀ ਬਈਅਤ ਹੁੰਦੀ ਹੈ, ਮੁਸਲਮਾਨ ਹੋ ਕੇ
ਆਪਣੀ ਜਾਨ ਅਲੀ ਦੇ ਕਬਜ਼ੇ ਚ ਦੇ ਕੇ ਮੌਲਾ ਕੋ ਤਖਤ ਦਿੱਤਾ। ਆਪ ਰਿਆਇਆ ਨਾਲ ਮਿੱਟੀ ਤੇ ਬੈਠੇ, 15 ਦੇ ਅਮੀਰੇ ਕਾਇਨਾਤ ਕੁਰਾਨ ਔਰ ਸ਼ਰੀਅਤ ਦਾ ਦਰਸ ਦਿੱਤਾ। 15 ਦਿਨਾਂ ਤੋਂ ਬਾਅਦ ਇਜਾਜ਼ਤ ਮੰਗ ਲਈ ਮੌਲਾ। ਮੌਲਾ ਇਜਾਜ਼ਤ ਮੰਗੀ, ਯਮਨੀ ਪਰੇਸ਼ਾਨ ਹੋ ਗਏ, ਮੁਲਤਾਨ ਬਲਕਿ ਅਜ਼ਾਦਾਰ ਜਿੱਥਾਂ ਵੀ ਹਨ ਮਹਿਮਾਨ ਨਵਾਜ਼ ਹੋ ਗਏ। ਜੇ ਮੈਂ ਉਹ ਦੱਸੋ, ਮੌਲਾ ਇਜਾਜ਼ਤ ਮੰਗੀ, ਮੈਂ ਆਪਣੇ ਮਸਾਏ ਵਿੱਚ ਇੱਕ ਜੁਮਲੇ ਤਬਲੀਗ ਦਾ ਆਖ ਜਾਵਾਂ ਤਾਂ ਮਾਲੇ ਇਮਾਮ ਦਾ ਹੱਕ ਅਦਾ ਹੋ ਗਿਆ। ਜਿੱਥੇ ਸਫ਼ੇ ਮਾਤਮ ਵਿੱਚ ਦਾ ਹੁਸੈਨ ਦੇ ਅਜ਼ਾਦਾਰਾਂ ਦੇ ਲੰਗਰ ਦਾ ਤਮਾਮ ਅਜ਼ਾਦਾਰ ਪਹਿਲੇ ਕਰਦੇ, ਔਰ ਜਿਹੜਾ ਮੋਮਿਨ ਨੇ ਉਹ ਆਪਣੀਆਂ ਸਿਫਤਾਂ ਤੋਂ ਪਹਿਚਾਣਿਆ। ਇੱਕ ਮੋਮਿਨ ਜ਼ਹੀਨ ਹੁੰਦਾ, ਮੋਮਿਨ ਧੋਖਾ ਨਹੀਂ ਖਾਂਦਾ, ਮੋਮਿਨ ਮੇਜ਼ਬਾਨ ਹੁੰਦਾ, ਮੋਮਿਨ ਸੱਚਾ ਹੁੰਦਾ, ਮੋਮਿਨ ਵਫਾਦਾਰ ਹੁੰਦਾ। ਸਾਦਿਕ ਇਮਾਮ ਬਹੁਤ ਬੜੇ ਮਹਿਮਾਨ ਨਵਾਜ਼ ਹੈ, ਜ਼ੈਨੁਲ ਆਬਦੀਨ ਇਮਾਮ ਬਹੁਤ ਬੜੇ ਮੇਜ਼ਬਾਨ ਹੈ, ਹਸਨ ਬਾਦਸ਼ਾਹ ਬੜੇ ਮਹਿਮਾਨ ਨਵਾਜ਼ ਹੈ, ਇਬਰਾਹੀਮ ਅਲੈਹ ਸਲਾਮ ਅੱਲਾਹ ਦਾ ਨਬੀ ਬੜਾ ਮਹਿਮਾਨ ਨਵਾਜ਼, ਬਗੈਰ ਮਹਿਮਾਨ ਦੇ ਖਾਣਾ ਨਾ ਖਾਣਾ। ਜਿਹੜੇ ਅਮੀਰੇ ਕਾਇਨਾਤ ਦਾ ਮੈਂ ਫਰਮਾਨ ਪੜਿਆ ਵੀ ਜਿਹੜਾ ਬੰਦਾ ਮਹਿਮਾਨ ਦੀ ਆਮਦ 'ਤੇ ਖੁਸ਼ ਹੁੰਦਾ ਉਹਦੇ 70 ਸਾਲ ਦੇ ਗੁਨਾਹ ਮਾਫ ਹੋ, ਔਰ ਮਿੰਬਰ 'ਤੇ ਖੜਾ। ਸਾਦਿਕ ਇਮਾਮ ਦਾ ਮੈਂ ਫਰਮਾਨ ਪੜਿਆ ਵੀ ਜਿਹੜਾ ਮਹਿਮਾਨ ਦੀ ਇਤਲਾਹ 'ਤੇ ਖੁਸ਼ ਹੋ ਵੇ ਉਹਦੇ ਜ਼ਿੰਦਗੀ ਦੇ ਗੁਨਾਹ ਮਾਫ ਹੋ। ਮੁੱਦਤ ਨਹੀਂ ਮੈਂ ਕਿਤਨੇ ਸਾਲ, ਔਰ ਭਾਈ ਜਾਨ 15 ਮਾਹ ਰਮਜ਼ਾਨ ਜਿਹੜਾ ਬਾਦਸ਼ਾਹ ਇਮਾਮ ਹਸਨ ਦੇ ਨਾਮ ਦਾ ਦਸਤਰਖਾਨ ਵਿੱਚ ਆਵੇ, ਮੌਲਾ ਫਰਮਾਇਦਾ ਨੂੰ ਦੇ ਸਾਲ ਦੇ ਰਿਜ਼ਕ ਦਾ ਮੈਜ਼ਾ ਮਿਲ, ਚੌਥਾ ਇਮਾਮ ਏਡਾ ਵੱਡਾ ਮਹਿਮਾਨ ਨਵਾਜ਼ ਆਈ ਜਿੱਦਾਂ ਉੱਜੜ ਕੇ ਵੱਲੇ ਨਾ ਤਾਂ ਬਿਰਾ ਦਾ ਕਾਤਿਲ ਆਏ ਤੱਸਾ, ਇਹ ਪਾਣੀ ਮੰਗੇ ਤੇ ਇਮਾਮ ਇੱਕ ਕਾਸਾ ਭਰ ਕੇ ਦਿੱਤਾ, ਇਹਦੀ ਪਿਆਸ ਨਹੀਂ ਬੁਝੀ। ਚਾਚਾ ਜੀ ਵੱਤ ਮੰਗੇ ਇਮਾਮ ਫਿਰ ਕਾਸਾ ਭਰ ਕੇ ਦਿੱਤਾ, ਇਹ ਤ੍ਰੀਜੀ ਦਫਾ ਕਾਸਾ ਵਧਾਏ ਤੇ ਇਮਾਮ ਕਾਸਾ ਭਰੇ, ਕਾਸਾ ਰੱਖ ਕੇ ਅਦੇ ਸ਼ਾਇਦ ਤੋਂ ਸਮੇਂ ਕੋ ਨਹੀਂ ਸੁਣਾਤਾ, ਜਿਹੜੇ ਪਹੁੰਚਿਓ ਤੇਰੀ ਮਾਰਫਤ ਨੂੰ ਸਲਾਮ ਹੈ, ਮੌਲਾ ਜੀ ਮੈਨੂੰ ਪਹਿਚਾਣੋ ਆ ਤੇ ਮੈਨੂੰ ਪਾਣੀ ਨਾ ਦਿਓ ਆ। ਇਮਾਮ ਫਰਮਾਇਆ ਉਹ ਕਰਬਲਾ ਤਰਾਏ ਦੀਆਂ ਸਭ ਤੁਹਾਡੇ ਮਹਿਮਾਨ ਆ ਸੇ, ਅੱਜ ਤੂੰ ਸਾਡਾ ਮਹਿਮਾਨ, ਉੱਥੇ ਤੁਹਾਡੇ ਜ਼ਰਫ ਦੀ ਬਾਤ ਆਈ, ਇੱਥੇ ਮੈਂ ਇਮਾਮ ਹਾਂ, ਮੈਂ ਤੁਸਾਂ ਆਪਣਾ ਜ਼ਰਫ ਪੇਸ਼ ਕੀਤਾ, ਸਜਾਦ ਆਪਣਾ ਜ਼ਰਫ ਪੇਸ਼ ਕੀਤਾ। ਯਮਨੀ ਬੜੇ ਮਹਿਮਾਨ ਨਵਾਜ਼ਨ, ਅੱਛਾ ਇੱਕ ਚੰਗੇ ਮੇਜ਼ਬਾਨ ਦੀ ਸਿਫਤ ਆਉਂਦੀ ਹੈ, ਪੜ੍ਹੇ ਲਿਖੇ ਚਿਹਰੇ ਮੇਰੇ ਸਾਹਮਣੇ, ਮਹਿਮਾਨ ਨਵਾਜ਼ ਚਿਹਰੇ, ਨਮਾਜ਼ੀ ਚਿਹਰੇ, ਬਈ ਮਹਿਮਾਨ ਆਵੇ ਮਹਿਮਾਨ ਦੀ ਖਿਦਮਤ ਕਰਨੀ ਜਲਦੀ ਹੈ, ਅਗਰ ਕੋਈ ਮੇਜ਼ਬਾਨ ਮਹਿਮਾਨ ਦੀ ਖਿਦਮਤ ਨਾ ਕਰ ਸਕੇ ਨਾ, ਆਪਣਾ ਦਿਲ ਮੁਤਮੈਨ ਕਰਨ ਵਾਸਤੇ ਸ਼ਰੀਫ ਮੇਜ਼ਬਾਨ ਟੁਰਦੇ ਮਹਿਮਾਨ ਨੂੰ ਕੋਈ ਨਾ ਕੋਈ ਤੋਹਫਾ ਦੇ ਕੇ ਟੁਰੇ ਨਾ, ਬਈ ਜਿੱਥੋਂ ਤੱਕ ਵੈਸੀ ਸਰ ਤੇ ਖੁਸ਼ ਹੋ ਸਕੇ। ਜਲਦੀ ਹੈ ਅਗਰ ਮੇਜ਼ਬਾਨ ਮਹਿਮਾਨ ਨਵਾਜ਼ੀ ਮੁਕੰਮਲ ਨਾ ਕਰ ਸਕੇ, ਤੋਹਫੇ ਦੇ ਛੋੜਨੇ, ਕੋਈ ਸੌਗਾਤ ਦੇ ਛੋੜਨੀ, ਕੋਈ ਫਲ ਦੇ ਛੋੜਨੇ, ਕਹੇ ਲਿਬਾਸ ਦੇ ਛੋੜਾ। ਯਮਨੀ ਮੁਤਮੈਨ ਨਹੀਂ ਹੋਏ ਜੋ 15 ਦਿਨਾਂ ਚ ਅਸਾਂ ਅਮੀਰੇ ਕਾਇਨਾਤ ਦੀ ਸ਼ਾਨ ਦੇ ਮੁਤਾਬਿਕ ਅਸਾਂ ਖਿਦਮਤ ਨਹੀਂ ਕੀਤੀ। ਮੁਕੱਦਮੀਨ ਬਜ਼ੁਰਗ ਜ਼ਾਕਿਰ ਪੜ੍ਹਦੇ ਹਨ, ਮੌਲਾ ਇਜਾਜ਼ਤ ਮੰਗੀ ਤੇ ਹਰ ਯਮਨੀ ਪਰੇਸ਼ਾਨ ਹੋ ਗਿਆ, ਮੌਲਾ ਸਾ ਤਾਂ ਤੁਹਾਡੀ ਖਿਦਮਤ ਹੀ ਨਹੀਂ ਕਰ ਸਕੇ, ਤੁਸੀਂ ਤਿਆਰੀ ਕਰ ਲਈ, ਮੌਲਾ ਦਿਲ ਮੁਤਮੈਨ ਤਾਂ ਸੀ ਜੋ ਸਾਡੇ ਕੋਲ ਕੋਈ ਤੋਹਫੇ ਲਓ।
میں ہر بندے دا ذہن کربلا لے کے وجنا چاہنا امام وقتاً حجت خدا ہر دا دل رکھیا ہر کہیں اپنی اوقات طاقت دے مطابق بسات دے مطابق تحفے دیتے امیر قبول کیتے بھائی جان وڈا بندہ جدا کہے کو تحفہ دے وے نا وہ پہلے وہی خوبی بیان کر دے وہی تعریف ظاہر کر دے شاہ خزل چکے بادشاہ آئی امام دا نوکر آئی غلام آئی ہاتھ رب کے ادھر رعایا تحفے دیتے قبول کیتے نے ایک میں دےنا چاہنا مولا فرمائے کے دےنا چاہنا ادھے عرب دی مشہور نسل دی گھوڑی ہے جن دا نام مجلی ہے جڑی گل بزرگ پہلے کی تھی مجلی تے تسا رو پے ہو رسول خدا دا زمانہ بھائی جان علی دی اکھاں نہیں ساون دے بدل نا سن کے مولا رو پے روندے امام پوچھے ایندی صفت خوبی ادھا جڑی میں کو چنگی لگ دی ہے ایک تا اعلی نسل دی ہے جرت مند ہے طاقت بارے ایدی جڑی صفت میں کو چنگی لگ دی ہے دوران جنگ سوار زخمی ہو کے لئے ہوئے خاندی جی دی فوج ہوئے جی دا رش ہوئے او کو کلہ نہیں چھوڑیں دی گوڑی لیں دی پاسا لیں دی زین پاکی رکھوں دی منزل تلائے میں مولا فرمایا کتا ہے ادھا استبال لے چھا ادھن باہر کٹا میں دے دا ٹر دی کی میں مولا کلے تو باہر آمنا ناممکن تری بندے دی لوڑ پون دی 15 سجیوات 15 کھبی پھیری کابو نہیں دیں دی فرمیدن میں درویک میں علی ہوں تیری ہائے نکلی ہے فرمایا ایک سپاہی بھیج جڑا در کھولے اس بندے دی بے ساختہ ہائے نکل سی جڑا بندہ اولاد رکھتا ہے چٹے شار والیاں ضعیف ماما جڑیاں پردیچ بیٹھیاں چاچا مالے کلی صحت دے وے توکوں سپاہی در کھولا انج نکلی ہے جی میں کمان جو تیر نکلتا ہے 17 قدم دوڑی اللہ دے حجت دی خوشبو آئی گوڑیاں زمین چلائیاں فراق دی بارش ایک ایک اکھ نو نو نیر میرے مولا دی نالین تے مجلی متھا رکھا ہے میرے امام کن تے پیار کیتا ہے تے پیادن کیڑا جھوٹ بولے تین تاکہ دی طاقت وارے جو قابو اچھ نہیں آن دی میں علی ہو کے تیرے تے سوال کر دیں دا بچہ کتے جندہ نام مرتا جیزے بھلا ہوئے آئے کر کے رو منا لے شالا آپ نے دے غم میں چکڑی آئے کر کے شالا اولاد نصیب دین دے نیک نصیب ہو من بہن دے نصیب ہو ماں پہ خوشیاں کرے اے معرفت دی ہائے تے معرفت دے آس پہ جنہ ہائے کیتی ہے شالا پردے علی پردے چو دعا بیٹھی کرے لیو عزاداروں ماتمیوں ادھے مولا میں دس یا نہیں کافی عرصے تو بعد شاہی استبال عجیب پیدائش ترائے دی ماں دلور پیتس بیمار ہو گئے جنہ ذہن کر بلائے مولا فرمائے مرض ادھے گرمی دے موسم ہی دھوپ تیز ہی جانور چھاں ودے گلے نین چھاں چھوڑ کے دھوپ تے ون میٹھے دلہ دس دانہ کھان دے مرضی ادھے پانی پھین دے جتنی یہ گلہ میں کیتی ہیں جو میرا چہرہ ڈٹھا ہے او دا ذہن کر بلائی او دی اک وضو کیتے گلہ کر دی جاتے بادشاہ دا چہرہ جو ڈٹھا سنا وسط زمان نے جھیکی کاک نو نو سیڑے قدمت ڈھائے کیا دے اتنی محبت میں حیوان دی گل کرتا تو سا رون دے او تڑے رومنے یقیناً کو رازے کائنات علم تیری نالین تو جاری ہوں دے ایک واقعہ سنا ہوں جو میں نے بڑا روائے مولا فرمائے بیان کر تیں کتنی توجہ کیتی ہے میں تیری آئے تو اندازہ کرام وسط زمانے پہ آتے ہیں چند نہیں گزرا محرم دا انہوں نے انتظار ہے جو چند چڑسی تے روسو مولا فرمائے ہاں آدھے 7 محرم تک دانے کھا دس پانی پیتا 7 محرم نو میں دانہ بھی کھائے مو پھیر لیا میں پانی بھی کھائے تا مو نس لایا بلکہ خطے چھوڑ دیتا باہر سہراو ہے ریتے ٹپین ٹپین چور گئے 8 گزری 9 گزری میں دنیاوی کمیت مصروف دہمی دین دوپہرہ تے آئے عجیب محبت مرتجز دی میرے دل پیدا ہوئی میں دنیا دے کام چھوڑن میں دوڑ کے سہراو چاہیا تاری امامت اور عزت دی قسم عبرت دی انگل موہت رکھیا حیران ہو گیا میں ریت مثل انگاریاں دے آئی بندہ ننگا پیر زمین تے نہیں رکھ سکتا پہلے 17 قدم سجے دوڑ ہے وہ 17 قدم کھبے دوڑے ایک مقام دے آکے گوڑی لائی وہ سجا پاسا وہ کھبا پاسا وہ تو اٹھے آئے یمن تو عراق علی پاسے کو سنگتی رہا
ਕਿਵੇਂ ਭਜਦਾ ਯਾ ਤੇ ਹਿੜਕਾਂ ਫਿਰਾਕ ਦੀਆਂ ਮਰੈਂਦਾ ਮਲਾ ਫਰਮਾਇਆ ਤੇ ਮੈਨੂੰ ਬੜਾ ਕੀਮਤੀ ਤੋਹਫਾ ਆਖਿਆ ਮੁਜੱਲੀ ਮੈਂ ਤੇਰਾ ਇਮਾਮ ਆ ਮੇਰੀ ਮਰਜ਼ੀ ਸ਼ਾਮਿਲ ਕਰ ਘੋੜੀ ਰੱਖ ਲੈ ਬੱਚਾ ਮੈਂ ਗੁਨੇਹ ਦੇ ਨਾਮ ਮੁਰਤਦੇ ਦੇ ਅਸਾਂ ਝੱਲੇ ਨਹੀਂ ਅਸਾਂ ਕਾਫਿਰ ਨਹੀਂ ਅਸਾਂ ਘੋੜੀਆਂ ਨਹੀਂ ਚੁੰਮਦੇ ਅਸਾਂ ਵਫਾ ਕੋ ਚੁੰਮਦੇ ਮੌਲਾ ਕੀਮਤੀ ਤੋਹਫਾ ਛੋੜ ਕੇ ਤੇ ਬਿਮਾਰ ਬੱਚਾ ਕੀ ਕਰੇ ਸੋ ਅਮੀਰ ਫਰਮਾਇਆ ਨਾ ਮੈਨੂੰ ਮੁਰਤਜਿਸ ਦੇ ਅਦਾ ਕੀ ਕਰੇ ਸੋ ਫਰਮਾਇਆ ਮੈਂ ਇਲਾਜ ਕਰੇ ਸੋ ਮੌਲਾ ਹੀ ਮਰਦ ਕੋ ਇਲਾਜ ਹੈ ਫਰਮਾਇਆ ਨਾ ਹਕੀਮ ਚੰਗਾ ਹੋਵੇ ਕੋਈ ਮਰਦ ਲਾ ਇਲਾਜ ਨਹੀਂ ਆਉਂਦੀ ਨੌਕਰ ਕੋ ਨਾ ਨਹੀਂ ਮੈਂ ਦੱਸਦੇ ਵਸਤੀ ਰੋਤੇ ਚ ਆਲੀਏ ਦੇ ਪਿਓ ਦੀ ਅੱਖਾਂ ਵਸ ਪਈਆਂ ਤੇ ਮੂੰਹ ਚ ਨਿਕਲੇ ਜੇ ਮੁਰਤਜਿਸ ਦਾ ਇਲਾਜ ਕਰਨਾ ਉਸ ਹਕੀਮ ਦਾ ਨਾਮ ਹੈ ਹੁਸੈਨ ਪਹਿਲਾਂ ਹੋਵੇ ਹਾਏ ਕਰਕੇ ਰਹਾਂ ਨਾਲੇ ਪਹਿਲਾਂ ਹੋਵੇ ਔਲਾਦ ਦੀ ਜ਼ਿੰਦਗੀ ਹੋਵੇ ਧੀਆਂ ਦੇ ਪਰਦੇ ਹੋਵੇ ਭੈਣਾਂ ਦੇ ਨਸੀਬ ਹੋਵੇ ਜੇ ਮੁਰਤਜਿਸ ਦਾ ਇਲਾਜ ਕਰਨਾ ਉਹ ਹਕੀਮ ਦਾ ਨਾਮ ਅਮੀਰ ਕਾਇਨਾਤ ਫਰਮਾਇਆ ਮੈਂ ਮੁਰਤਜਿਸ ਕੋ ਮਿਲਣਾ ਜਿਹਦੇ ਮਿਲਣ ਦੀ ਖਾਹਿਸ਼ ਅਲੀ ਕੀਤੀ ਬੁਲਦਾਨ ਨਾਲ ਬਲਕਿ ਗਿਰਦ ਨਵਾ ਤੋ ਐਸਾ ਦਾਤ ਮੋਮਿਨੀ ਅੱਗੇ ਇਮਾਮ ਤੁਰਨ ਪਿੱਛੇ ਸ਼ਾਹ ਖਜ਼ਲ ਪਿੱਛੇ ਰਿਆਇਆ ਤੇ ਵਫਾਦਾਰ ਇਤਨਾ ਹੀ ਸਰਦਾਰ ਤੇ ਪਿਓ ਦੀ ਆਮਦ ਇਵੇਂ ਆਏ ਜਿਵੇਂ ਤੱਸਾ ਪਾਣੀ ਦਵਾਉਂਦਾ ਮੇਰੇ ਇਮਾਮ ਦੇ ਕਦਮਾਂ ਦਾ ਬੋਸਾ ਲਿਆ ਮੁਹੱਬਤ ਦਾ ਮੁੱਲ ਮੇਰੇ ਮੌਲਾ ਪਾਏ ਅਲੀ ਦੋ ਜ਼ਾਨੂ ਬੈਗਨ ਕਣ ਤੇ ਪਿਆਰ ਕੀਤਾ ਨੇ ਹੈਵਾਨ ਦੇ ਕੰਨ ਨਾਲ ਮੌਲਾ ਕੇ ਪੈ ਦੇਣ ਹੁਣੇ ਨਾਲ ਵਧਾ ਸਿੱਖਦਾ ਹੈ ਵਾਦਾ ਤਾਂ ਦੂਰ ਹੈ ਜਦੋਂ ਮੇਰੇ ਹੁਸੈਨ ਤੇ ਰਜ਼ੀਨ ਤੋਂ ਲਾਹਣਾ ਆਖਰੀ ਜੁਮਲਾ ਤਮਹੀਦ ਦਾ ਉਹ ਵੀ ਮਾਵਾਂ ਭੈਣਾਂ ਸੈਯਦਾਦੀਆਂ ਦੇ ਹਿੱਸੇ ਦਾ ਜਿਤਨੇ ਸੈਯਦ ਬੈਠੇ ਮੈਂ ਤੇਰੀ ਨੌਕਰਾਨੀ ਦਾ ਪੁੱਤਰ ਗੈਰ ਸੈਯਦਾ ਮੇਰੇ ਬੱਧੇ ਹੱਥ ਹਨ ਫਕਤ ਇਹਦਾ ਮਕਾਮ ਅਜ਼ਾਦਾਰਾਂ ਕੋ ਦੱਸਣ ਵਾਸਤੇ ਜੁੰਮੇ ਦੀ ਮੁਸਲਮਾਨਾਂ ਦੀ ਈਦ ਸੰਗਤੀਆਂ ਦੀ ਆਮਦ ਤੇ ਸੰਗਤੀ ਖੁਸ਼ ਹੁੰਦੇ ਹਰ ਕੋਈ ਖੁਸ਼ ਹੋਇਆ ਮੌਲਾ ਹੁਸੈਨ ਢੇਰ ਖੁਸ਼ ਹੋਏ ਨਾਨੇ ਆਖੇ ਆ ਮੇਰਾ ਲਾਲ ਤੱਕ ਮੋਹਰ ਤੇ ਚਾਵਾਂ ਅਦਾ ਨਾਨਾ ਤੇਰੀ ਮੋਹਰ ਤੇ ਨਹੀਂ ਅੱਜ ਮੈਂ ਮੁਰਤਜਿਸ ਦੀ ਸਵਾਰੀ ਕਰਨਾ ਮੂੰਹ ਚੁੰਮ ਕੇ ਫਰਮਾਇਆ ਨਾ ਜਦ ਛੋਟਾ ਹੈ ਰੋ ਕੇ ਆਦਾ ਮੇਰਾ ਹੀ ਤਾਂ ਬਚਪਨ ਹੈ ਫਰਮਾਇਆ ਤੇ ਕੋ ਸਵਾਰ ਕਰੇ ਨਾ ਇੱਕ ਹਸਰਤ ਪੂਰੀ ਕਰਨ ਦੇ ਤਤਹੀਰ ਅਲਾ ਦਰ ਖੁਲਾਇਸ ਧੀ ਸੈਯਦਾ ਕੋ ਦਰਵਾਜ਼ੇ ਖੁਲਾਇਸ ਦੂ ਭੇਣੀਆਂ ਹੁਸੈਨ ਦੀਆਂ ਵੱਡੀ ਮਾਂ ਦੇ ਸੱਜੇ ਖੜੀ ਛੋਟੀ ਖੱਬੇ ਅਮੀਰੇ ਕਾਇਨਾਤ ਵੇਖਣ ਵਾਲੇ ਹਸਨ ਮੁਸਤਫਾ ਵੇਖਣ ਵਾਲੇ ਨਾਨੇ ਚਾਹ ਕੇ ਹੁਸੈਨ ਕੋ ਜ਼ੀਨੇ ਸਵਾਰ ਕਰਾਇਆ ਦੋ ਚੱਕਰ ਮੁਰਤ ਜੇ ਸੈਰ ਕਰਾਈ ਨਾਨੇ ਨਵਾਸੇ ਕੋ ਚਾਹ ਕੇ ਬੋਸੇ ਲੈਣ ਸੈਦਾਂ ਦੀ ਦਾਈਏ ਉਮਤੀਆਂ ਦੀ ਸੈਣੇ ਫਿਜ਼ਾ ਦੌੜ ਕੇ ਹਵੇਲੀ ਤੋਂ ਬਾਹਰ ਆਈ ਮੁਰਤ ਜਿਸ ਦੀਆਂ ਵਾਗਾਂ ਦਾ ਬੋਸਾ ਲਿਆ ਆਦੀਏ ਤੇਰੀ ਅਜ਼ਮਤ ਨੂੰ ਸਲਾਮ ਹੈ ਆ ਤੇ ਕੋ ਵੇੜੇ ਚ ਜ਼ਹਰਾ ਪਈ ਸ਼ਰਮ ਨਾ ਕਰੇ ਯਾਰ ਕੁਰਲਾਵੇਂ ਜ਼ਮਾਨੇ ਨੂੰ ਪਤਾ ਲੱਗੇ ਜਿਨ੍ਹਾਂ ਦਾ ਨੁਕਸਾਨ ਮੈਂ ਨੌਕਰ ਸੈਦ ਹਰ ਅਦਾਦਾਰ ਦਾ ਮੈਂ ਨੌਕਰ ਮਾਂ ਪਿਓ ਦੇ ਨਸੀਬ ਹੋਵੋ ਬਤੂਲ ਦੀ ਹਵੇਲੀ ਚ ਹੈਵਾਨ ਦੇ ਕਦਮ ਅੱਜ ਤੋਂ 40 ਸਾਲ ਪਹਿਲੇ ਜਿਹੜੇ ਸਾਡੇ ਬਜ਼ੁਰਗ ਜ਼ਾਕਿਰ ਗੁਜ਼ਰਨ ਇਹ ਤਰਤੀਬ ਨਾਲ ਬਿਆਨ ਕਰਦੇ ਹਨ ਜੋ ਸਾਦਾ ਲੋ ਬੰਦੇ ਕੋਈ ਸਮਝ ਆਉਂਦੀ ਹੈ ਆਸਾਨ ਕਰਕੇ ਪੜ੍ਹ ਰਹੇ ਹਾਂ ਫਿਜ਼ਾ ਬਹਿਣ ਜੋ ਪਾ ਤਤਹੀਰ ਵਾਲੀ ਚਾਦਰ ਚ ਤਾਈ ਜੋ ਪਾਏ ਸੈਣਾ ਦੀ ਲੈ ਮੁਰਤਜਿਸ ਖਾ ਡੂ ਲੁਕ ਮੈਂ ਖਾਦੇ ਅੱਖੀ ਸਾਵਣ ਦੇ ਬਦਲ ਜਿਹੜਾ ਬੰਦਾ ਰੁਣਾ ਹੈ ਕੋ ਮੈਂ ਨਜ਼ਰ ਨਹੀਂ ਆ ਰਿਹਾ ਉਹ ਕਰਬਲਾ ਵੇਖ ਨਜ਼ਰ ਉਹ ਕੋ ਆਂਦਾ ਜਿੰਦੀ ਆਖੇ ਝਾਂਝ ਨਾ ਹੋਵੇ ਜਿੰਦੀ ਆਖੇ ਚਾਂਸ ਹੋਏ ਤਾਈਦ ਕਰਾਏ ਉਹ ਕਰਬਲਾ ਵੇਖ ਰਿਹਾ ਮੈਂ ਨਹੀਂ ਵੇਖ ਰਿਹਾ ਇਹ ਅੱਬਾਸ ਤੇ ਅਲਮਨ ਗਵਾਹ ਬਣਾ ਕੇ ਪਿਆਦਾ ਇੱਕ ਇੱਕ ਅੱਖ ਨੌ ਨੌ ਨੀਰ ਬੀਬੀ ਦੀ ਨਲੈਨ ਤੇ ਮੱਥਾ ਰੱਖ ਕੇ ਤ੍ਰੈ ਸਵਾਲ ਕੀਤੇ ਚਾਦਰ ਉਹ ਨਹੀਂ ਜਿੰਦੇ ਤੱਲੇ ਤੇਰੀ ਮਾਂ ਖਤੀਜਾ ਨਾ ਯਾਰ ਜਾ ਉਹ ਨਹੀਂ ਜਿਹਨੇ ਜੋ ਆਪਣੇ ਵਾਰਿਸ ਦਾ ਖਾਣਾ ਹੱਥ ਨਾਲ ਪਕਾਉਂਦੇ ਹਵੇਲੀ ਉਹ ਨਹੀਂ ਜਿੱਥੇ ਮਲਾਇਕਾ ਦਾ ਫਰਦ ਹੈ ਬੀਬੀ ਅਦੀ ਸੁਨਿਆਤੀ ਤੱਕਣ ਹੈ ਹਾਂ ਸਹਿਣ ਮੈਂ ਹੈਵਾਨ ਕੋਈ ਦੀ ਇੱਜ਼ਤ ਚ ਦਿੱਤੀ ਗਈ ਕੋਈ ਹੁਕਮ ਬੀਬੀ ਅਦੀ ਹੁਕਮ ਹੁੰਦੇ ਨੇ ਵਸਤਿਆਂ ਦੇ ਮੈਂ ਮੁਹੰਮਦ ਦੀ ਬੇਮੌਸਮੀ ਲੁੱਟੀ ਥੀ ਗਾ ਤੈ ਕੀਤਾ ਪਹਿਲੀ ਦਫ਼ਾ ਮੇਰੇ ਹੁਸੈਨ ਨਜ਼ੀਨ ਸਵਾਰ ਭਾਈ ਯਾਦਰ ਮਾਲਿਕ ਪੁੱਤਰ ਦੀ ਜ਼ਿੰਦਗੀ ਕਰੇ ਜਿਹੜੇ ਸਿੱਖ ਦਿਨ ਮਾਲਿਕ ਔਲਾਦ ਦੇ ਨਰੀਨਾ ਤਾ ਕਰੇ ਬੀਬੀ ਇਹਦੀ ਇੱਜ਼ਤ ਚ ਦਿੱਤੀ ਹੁਕਮ ਬੀਬੀ ਅਦੀ ਹੁਕਮ ਹੁੰਦੇ ਨੇ ਫਸ ਜਾਂਦੇ ਮੈਂ ਮੁਹੰਮਦ ਦੀ ਬੇਮੌਸਮੀ ਲੁੱਟੀ ਦੀ ਗਾ ਪਹਿਲੀ ਦਫ਼ਾ ਸਵਾਰ ਕੀਤਾ ਤੇ ਸੈਰ ਕਰਾਈ ਮੈਂ ਤੇ ਕੋਈ ਇਨਾਮ ਦਿੱਤਾ ਲਾਗ ਦਿੱਤਾ
ला केडा वडा दितम जेड़ा तक माशर तक न भुलसी जे मेरी ततहीर अली चादर जौ खावण दी लज रखे मत ख्याल करे 61 हिजरी दा मुहर्रम दीगर द टाइम 9 लख द रश लखो द सारा मारो मारो दी आवाज चढ़े सन भेणा लहे सी उम्मत बदल गए मौसम सतारवें कदम तेरा हवार नु पता लगाए जो सवार लहगे डू पुत्रन बीबी दे दुआं दी अपनी किस्मत हसन अमीर 28 सफर जनाजे च सत्तर दी हुसैन गरीबा पूरा एक बार हुसैन दा जनाजा 13 सारे बंदे हाय नहीं कर सके अब्बास दे लंबी कसम ए सख्त पड़ा कोई अदादार नाराज होवे सी इशारा करे ना हाय करे जो पर्दे अली राजी जावे एक पार हुसैन जीने च कोई नहीं जमीन ते कोई नहीं भाई जान अकबर दा बाबा तीरां दियां कहानियां ते सवार आई जीवे जीवे तीर लहदे गए करबला दी गरम रेत नो मां जहरा दी झोली हेलो वे यार बल हाथ न जोड़ो जदई कोई जाकर इमाम हुसैन दे डुब पड़े हाथ न जोड़े करो मैं दे बते हाथ दिल तुझा हाथ जुड़े दे ओ वेला याद आंदा है जद शिमर दे सामने आदी आई नमारी दे छुड़ा वड़ा परदे च बैठिया मावा भेणा सैयदा दियां जिक्र दे बारे सतारवें कदम ते वन के पता लगस सरदार लै गए गोडियां जमीन ते लाइया वापस मुड़ के आए तीरां दियां कहानियां ते अकबर दा बाबा डिठा किताब दा नाम बिहार लनवार बाकर मजल सी लिखदा है हुसैन लथा है तीर कमान त्रुट पे 12,000 तीर कमान टूटन शिया झल्ले नहीं काफिर नहीं बिदती नहीं एदी वफा नु सलाम है हुसैन नु काबा बनाए साहब हाजी बन के चक्कर लेंदा रे पहले सजे पासे दे बार सारे कुरलाओ ना यार हर बंदा कुरलावे भेड़ा दे नसीबो मत खब्बे पासे दे बार अपने बदल ते तीर जलेंदा रे है जदा मुर्तजे जुल जनाब बन गए बाबा मरहूम पढ़दा इतराए बेणी सर ते कुरान मिन्नत खड़ियां करें दियां उमर इब्न ज़ियाद छुड़ा लाए जहरा दा पुत्र जिब्राइल दे परा ते समदा रिया है एदे पीके दिए डोर मलाइक झुलाएंदे रहे एदा वफादार हैवान वफा दी मंजिल बुलंद कीती है 9 लख नाल जंग लड़नी शुरू कीती है सुंबा नाल जमीन ते झड़ेंदा है सर कुचल छुड़ेंदा है मक्तल दा मुंह करके खड़ा दे अकबर मैं हैवान आज मेरे हाथ हो ला भला उन्हें अलंगाले और रिवायत नोवे मेरा कत्ल तो देते माफ है जहूर सैन बड़ी रूहानियत वाली मजलस मालिक पुत्र देवी जितने अजादार हाजत ले क्या इंशाल्लाह झोलियां भर के जावे रिवायत न होवे मेरा खून तेरे ते माफ है वफा दे कुरान दे अलम दे में हाथ रखिया है ओ मुल्तान ले ओ त्राए भेड़ी है मिन्नत करके खड़िया दिया लो पिसर साथ छुड़ा लाए ए जिब्राइल दे परत सम्मान आला हुसैन करो सवाल फेड़ा जो मिन्नत की थी ये कह हया की दे जितने सैयदो कोई तीर मरे दे कोई तलवार कोई पत्थर कोई बेला मरे दे जनो कोई शाय नहीं लगती ओ करम रेत हुसैन दे रहमत मैं नौकरा बड़ी रूहानियत वाली मजलस वापस आए आजादारों मातमियों
دفاع کی تس امام دا انتالی حرامی نو فنار کر لے اس دیٹس میں کلے تو اکبر دا بابا نہیں بچتا جنگ کرے دی جاؤ تے مقتل جائے جتے غازی دی لاش اپنے دندا نال لاش کڑا ہلیندا دا جاگ تیرے سردار تے لٹ پائے گئے بلو یار ہے کر کے رو منا لے عباس پہلے لے گیا جد واپس آئے حسین دا سر سجدے سبحان ربی العالی و بحمدہ دی تسبیح جاری ہے کان المولا جاگ زینب باہر آ گئی ہے حسین سر جائے گرم زمین قدم چیند ہے دعا رکھ چھڑے دے حسین دن ولو نام جگہ نہیں آدم روندا ٹریا ہے نوح روندا ٹریا ہے ابراہیم روندا ٹریا ہے نبی دی طاقت نہیں جتھے میں لتھا بیٹھا چاہے تدا توجہ نال سنیے آدھے کیویں ملیا تیری ماں جو کھوایا ہے آدھی آئی نو لکھ نے راجت میرے حسین نو کلالا چھوڑے میں نو دیر نال پتہ لگا زین اچھ کوئی نہ ہوئے سردار میری غلطی ہے یہ تیری مرضی ہے حسین آدھے نہ میری مرضی نہ تیری غلطی ہے میں نو امت تیرا نہ لہایا ہے آدھے امت لہایا ہے میں گوڑی لیلا میں پاسا لینا جیدے مزہ بچ ماتم جائے لوگے غریب آدھے اوکھا جو ہونا ہے کدے لائے میں لائے اپنی بولیے پیار دائے میری زین تو چڑیا تائے کو گھین ویلا آج نان کے شاہ روی چالے وانے آکھ سہسان کرا کربلا جے شروحانیت مجلس میں نہ کرا یہ جے محول تیرا ان کھلا کے رونا یقین الوارس آگئے مکان دھلان اکبر دا بابا کوئی نشانی دے حسین دستار لہائی رہوار دی کوچت رکھیے آدھے کوئی اور نشانی ہے حسین آدھے شہادت میں دی پڑی سی شبی تے دیا سی آدھے کوئی اور نشانی ہے حسین آدھے جا محرم دی فجر لے امتی دی دھیت دیواغ نہ پیسی تیگر دتا ہے مولاد میں دیو سی گالتے آدھے کوئی ہو نشانی حسین اپنی پیشانی تو خوب لے آئے گھوڑے دی پیشانی تو لکھے زینا باہر کوئی میرے اکبر دا قاتل جتلاو ملی دھی پیوک ملن پر پیئے ظہور سین دھی پیون ملن پیانی آئی ایک حرامی آجے دی داڑی سفید آئی جے برداش کرو ملتانا لے ہو جے دی عمر نمے سال آئی جے دنا انس ملتا ہے حسین دی دیا دی یا شیخ حال رہے تا ابھی حرامی کھوڑے تلہی آیا ہے دارو پچھن دے بعد اس سکینہ دے ہاتھ نہ پلیل اس زور نہ تماچا مارا ہے آدھی مار دلے آئی اور دسا میرا بابا کے تھے اے موقع دا گوائے نو امن ظہور سیل اے موقع دا گوائے قرآن دے چھڑے سو اے ملتان علی اور دھی پیون پہ مل دی آئی او بے غیرہ تائے جنے کلو خنجر اے نو ممبر دے قریب لائے آسو ہر بندہ زیارت کرے اس بڑی وفا کی دینے میں نو کرا رزدار دا میں نو کرا آپ احرم مولا آج موقع دا گواہیا کھڑا ہے آج ماتمی ماتم پہ جڑ گئے مالک یا دیا لپتر دے میں اولاد مانگ لگیا ہے جتنے عیداروں تیرے دیا دے پیوں دی مل دی پی آئی ہے شراب نال رجیو یا شمر آیا ہے آدھے دین اٹھوڑ سات قدموں تے دی گئی ہے اس پہلی ذرہ ماری ہے آدھی ہے نمار میرا دستہ بابا ہے اس دوئی ذرہ ماری ہے آدھی ہے نمار
ਸਤਰੀ ਜ਼ਰਾ ਮਾਰੀਏ ਸਕੀਨਾ ਫੁਰਾਤ ਦੌੜੀਏ ਆਦੀਏ ਬੈਠਾ ਸਾਇਆ ਕਾਠੇ ਕਾਠੇ ਕਤਾਲ ਕਰੇਗਾ ਮੈਦੇ ਪਿਓ ਖੁਸ਼ ਮੈਂ ਰਕਮੀਲਾ ਹਰ ਜ਼ਰਾ ਬਤਾ ਤੈਦਾ ਆਇਓ ਨਾਚਦਾ ਇਸ ਮਤ ਦਾ ਪਾ ਬਿਮਾਰੀ